ਅਸੀਂ ਨਹੀਂ ਗੱਲ ਕਰਨੀ ਚਾਹੁੰਦੇ, ਇਹ ਤਾਂ ਪੁਲਿਸ ਵਾਲਿਆਂ ਨੂੰ ਪੁੱਛੋ ਨਾ, ਇਹਨਾਂ ਨੂੰ ਪੁੱਛੋ ਨਾ। ਤੁਸੀਂ ਗੱਲ ਇਸ ਵਾਸਤੇ ਨਹੀਂ ਕਰਨਾ ਚਾਹ ਰਹੇ ਕਿ ਡਰ ਰਹੇ? ਹਾਂਜੀ, ਕਿਉਂ ਡਰ ਕਿਉਂ ਲੱਗਦਾ? ਪੁਲਿਸ ਤੁਹਾਡੇ ਤਹਿਫੁਜ਼ ਵਾਸਤੇ ਕਰ ਦਿੰਦੇ ਨੇ, ਨਜਾਇਜ਼ ਪਰਚੇ ਕੀਤੀ ਜਾਂਦੀ, ਨਜਾਇਜ਼ ਕਿਉਂ ਕਰੇਗੀ? ਕਰ ਦਿੰਦੇ ਨੇ ਨਾ, ਉਹ ਨਹੀਂ ਨਾ ਖਲਾਉਂਦੇ, ਮਾਫੀ ਨਹੀਂ ਦਿੱਤੇ। ਯਾਨੀ ਆਪ ਲੋਕ, ਇਹ ਲੋਕ ਇਸ ਵਜ੍ਹਾ ਸੇ ਬਾਤ ਨਹੀਂ ਕਰਨਾ ਚਾਹ ਰਹੇ ਕਿਉਂਕਿ ਪੁਲਿਸ ਜੋ ਹੈ ਵੋ ਨਾਜਾਇਜ਼ ਪਰਚੇ ਦੇ ਦਿੱਤੀ ਹੈ? ਐਸੀ ਹੈ? ਹਾਂਜੀ। ਪੁਲਿਸ ਤੇ, ਪੁਲਿਸ ਤੇ ਹਿਫਾਜ਼ਤ ਵਾਸਤੇ ਤੁਹਾਡੀ, ਤੇ ਪੁਲਿਸ ਸਾਡੇ ਖਿਲਾਫ ਹੀ ਚੱਲਦੀ, ਹਿਫਾਜ਼ਤ ਸਾਡੀ ਕੀ ਕਰਦੀ ਜੀ? ਹਿਫਾਜ਼ਤ ਨਹੀਂ ਹੋ ਰਹੀ ਤੁਹਾਡੀ? ਨਾ ਜੀ, ਸਾਰੇ ਦੁਕਾਨਾਂ ਵਾਲੇ ਤਾਂ ਮੰਤਰੀ ਲਾ ਰਹੇ ਨੇ। ਜਿਹੜਾ ਪੈਸੇ ਦੇ ਰਿਹਾ ਉਹਦੇ ਤਾਂ ਦੀ ਗੱਲ ਕਰਦੇ, ਜਿਹੜਾ ਨਹੀਂ ਦਿੰਦਾ ਉਹਦੇ ਤਾਂ ਦੀ ਗੱਲ ਨਹੀਂ ਕਰਦੇ। ਜਿਹੜਾ ਪੈਸੇ ਨਹੀਂ ਦੇ ਰਿਹਾ ਉਹਦੇ ਤਾਂ ਦੀ ਗੱਲ ਨਹੀਂ ਕਰਦੇ, ਉਹਦੇ ਉਲਟਾ ਪਰਚਾ ਕਰ ਦਿੰਦੇ, ਤੁਸੀਂ ਪੈਸੇ ਨਹੀਂ ਦਿੱਤੇ, ਤੁਸੀਂ ਆ ਦੁਕਾਨ ਬੰਦ। ਹਾਂਜੀ, ਦੁਕਾਨ ਬੰਦ ਕਰਾ ਦਿੰਦੇ। ਤੁਸੀਂ ਖੁੱਲ ਕੇ ਦੱਸੋ ਤੇ ਸਹੀ ਨਾ, ਮਤਲਬ ਪਤਾ ਤਾਂ ਲੱਗੇ ਲੋਕਾਂ। ਹਾਂਜੀ, ਪੈਸੇ ਦੇ ਗਏ ਹੁਣ 3 ਦਿਨ ਗੱਡੀ ਉਹਨਾਂ ਬੰਦ ਰੱਖੀ ਤੇ ਕਿ ਪਹਿਲਾਂ ਕਹਿ ਰਿਹਾ ਕਾਪੀ ਲੈ ਗਿਆ, ਉਹ ਕਾਪੀ ਲੈ ਗਿਆ ਮੋਟਰਸਾਈਕਲ। ਹਾਂਜੀ, ਤੇ ਬਾਅਦ ਚ ਕਹਿ ਰਿਹਾ ਰਾਮਣ ਜਾਓ ਮੋਹਰ ਲਗਾ ਲਓ, ਜਾਓ ਮੋਹਰ ਲੈਣ ਲਓ। ਮੌਕੇ ਤੇ ਮੰਗੇ ਸੀ ਉਹਨਾਂ ਨੇ ਪੈਸੇ? ਹਾਂਜੀ। ਕਿੰਨੇ ਪੈਸੇ ਮੰਗੇ? 2000 ਰੁਪਏ। ਯਾਨੀ ਜਦੋਂ ਤੁਹਾਨੂੰ ਰੋਕਿਆ ਨਾਕੇ ਤੇ 2000 ਰੁਪਏ? ਅਸੀਂ ਕਿਹਾ 2000 ਰੁਪਈਆ ਨਹੀਂ, ਫਿਰ ਗੱਡੀ ਕਹਿੰਦੇ ਚਲੋ ਚੌਂਕ। ਕੌਣ ਸੀ ਉੱਥੇ? ਪੜਿਆ ਸੀ ਨਾਮ ਉੱਥੇ ਲਿਖਿਆ ਹੁੰਦਾ? ਨਾਮ ਨਹੀਂ ਪੜਿਆ। ਕਾਂਸਟੇਬਲ ਸੀ ਜਾਂ ਸਬ ਇੰਸਪੈਕਟਰ ਸੀ? ਪੁਲਿਸ ਵਾਲੇ ਸੀ, ਪੁਲਿਸ ਵਾਲਾ ਸੀ, ਪੁਲਿਸ ਯੂਨੀਫਾਰਮ ਤੇ। ਹਾਂਜੀ। ਜ਼ਿਆਦਾਤਰ ਕੌਣ ਤੰਗ ਕਰ ਰਹੇ ਤੇ? ਇੱਥੇ ਚੌਂਕੀ ਵਾਲੇ ਜ਼ਿਆਦਾ ਕਰ ਰਹੇ, ਇੱਥੇ ਪੁਲ ਤੇ ਹੁਣ ਮੋਟਰਸਾਈਕਲ, ਇੱਥੇ ਘਰੋਂ ਲੈ ਕੇ ਨਿਕਲੇ, ਕਹਿੰਦੇ ਕਾਪੀ ਲੈ ਗਏ, ਉਹਨਾਂ ਦੇ ਮੋਟਰਸਾਈਕਲ ਬੰਦ ਕਰਾਓ, ਨਹੀਂ ਤੇ ਪੈਸੇ ਦਿਓ। ਕਮਾਲ ਹੋ ਗਈ, ਇਸੇ ਵਾਸਤੇ ਗੱਲ ਨਹੀਂ ਕਰਦੇ। ਹਾਂਜੀ, ਆਪਣੇ ਹੱਕ ਦੀ ਗੱਲ ਨਹੀਂ ਕਰੋਗੇ ਤੇ ਫਿਰ ਕਦੋਂ ਕਰੋ? ਭਾਈ ਡਰ ਆਉਂਦਾ, ਨਜਾਇਜ਼ ਹਰ ਰੋਜ਼ ਸਬ ਇੰਸਪੈਕਟਰ ਹੈ ਚੌਕੀ ਇੰਚਾਰਜ, ਉਹਦੇ ਨਜਾਇਜ਼ ਪਰਚੇ ਕਰ ਦਿੰਦੇ ਨੇ। ਐਸਪੀ ਸਾਹਿਬ ਦੇ ਇਲਮ 'ਚ ਨਹੀਂ ਹੋਣਾ, ਯਕੀਨਨ ਨਹੀਂ ਹੋਣਾ, ਨਹੀਂ ਤਾਂ ਇਸ ਤਰ੍ਹਾਂ ਦੀ ਗੱਲ ਮਤਲਬ ਹੋਣੀ ਨਹੀਂ ਸੀ। ਆ ਜਾਓ ਤੁਸੀਂ ਵੀ ਅੱਗੇ ਆ ਜਾਓ, ਬਜ਼ੁਰਗੋ ਆ ਜਾਓ। ਇਹਨਾਂ ਦੀ ਜਨਾਬ ਕਾਰਗਰਦਗੀ ਇਹ ਕਿ ਜਿਹੜਾ ਬੰਦਾ 45 ਸਾਲ ਤੋਂ ਉੱਤੇ ਆ ਉਹਨੂੰ ਮੋਟਰਸਾਈਕਲ ਨੂੰ ਹੱਥ ਦੇ ਕੇ ਰੋਕ ਕੇ ਡੱਕਦੇ ਨੇ। ਮੈਨੂੰ ਇਹ ਦੱਸੋ ਵੀ ਜਿਹੜਾ 45 ਸਾਲ ਦਾ ਬੰਦਾ ਹੈ ਉਹ ਮਸਕੂਸ ਗੱਡੀ 'ਤੇ ਬਹਿਣ ਵਾਲਾ ਜੋ ਉਮਰ ਹੈਗੀ ਹੈ, ਜਾਂ ਉਹਦੀ ਚੋਰੀ 'ਤੇ ਗੱਡੀ 'ਤੇ ਬਹਿਣ ਦੀ ਉਮਰ ਹੈਗੀ ਹੈ? ਅਗਰ ਜੇ ਉਹ ਬੁੱਢਾ ਬੰਦਾ ਹੈ ਤਾਂ ਉਹਨੂੰ ਡੱਕਣਾ, ਅਤੇ ਕੋਲੋਂ ਜਿਹਨਾਂ ਡੱਕਣ ਦਾ ਹਸੂਲ ਜਾਂ ਤਰੀਕਾਕਾਰ ਹੱਕ ਬਣਦਾ ਉਹ ਕੋਲੋਂ ਲੰਘਦੇ ਜਾਂਦੇ ਨੇ ਪਏ। ਸਭ ਤੋਂ ਪਹਿਲਾਂ ਮੈਨੂੰ ਦੱਸੋ ਵੀ 50 ਸਾਲ ਦੀ ਜਦੋਂ ਉਮਰ ਹੋ ਜਾਂਦੀ ਬੰਦੇ ਦੀ, ਉਹਨੂੰ 302 ਵਾਲੇ ਵੀ ਮਾਫ਼ ਕਰ ਦਿੰਦੇ ਨੇ ਕਿ ਚਲੋ ਯਾਰ ਇਹਨੂੰ ਹੁਣ ਕੀ ਕਹਿਣੇ, ਤਾਂ ਅੱਗੇ ਹੀ ਮਰਿਆ ਪਿਆ। ਇੱਥੇ ਬੰਦੇ ਦੀ 70 ਸਾਲ ਉਮਰ ਹੈ, ਪੁਲਿਸ ਵਾਲੇ ਉਹਨੂੰ ਵੀ ਰੋਕਦੇ ਨੇ, ਇਹਨਾਂ ਦਾ ਹੱਕ ਹੈਗਾ ਰੋਕਿਆ ਕਰ ਜੀ? ਮੈਂ ਇੱਕ ਤਰੀਕਾ ਕਿ ਇਹਨਾਂ ਕੰਮ ਵੇਹਣਾ ਹੀ ਇਹੋ ਪਿਆ। ਕੀ ਵੇਖਦੇ ਪਏ ਉਹ ਦੱਸੋ ਸਾਰਾ, ਕਿ ਜਿਹੜਾ ਕੋਈ ਬਜ਼ੁਰਗ ਬੰਦਾ ਆਉਣਾ ਨਹੀਂ ਉਹਨੂੰ ਬਖਸ਼ਣਾ, ਨਹੀਂ ਅਗਰ ਛੋਟੇ ਨੂੰ ਬਖਸ਼ਣਾ, ਇਹਨਾਂ ਤਰੀਕਾ ਕਰ ਵੀ ਜਿਹੜਾ ਆਉਂਦਾ ਡੱਕ ਲਵੋ। ਔਰ ਬੜੀ ਦੁਕਾਨਾਂ ਵਾਲਿਆਂ ਨੂੰ ਵੀ ਛੱਡਦੇ ਜੀ? ਦੁਕਾਨਾਂ ਵਾਲੇ ਨੂੰ ਵੀ ਨਹੀਂ ਛੱਡਦੇ? ਕਿਸੇ ਨੂੰ ਵੀ ਮਾਫ਼ ਨਹੀਂ ਕਰੇ ਜਿੱਥੇ ਕਿੰਨਾ ਡੰਗ ਆ ਜਾਵੇ, ਕੋਈ ਮਾੜੇ ਗਰੀਬ ਦੇ ਪਿੱਛੇ ਕੋਈ ਬੰਦਾ ਚਲਾ ਜਾਂਦਾ ਸਿਫਾਰਸ਼ੀ, ਸਭ ਤੋਂ ਪਹਿਲਾਂ ਤਾਂ ਉਹਨੂੰ ਦਾਬੇ ਮਾਰ ਮਾਰ ਕੇ ਉਹਦਾ ਪਿੱਛਾ ਹੀ ਬਾਹਰ ਕਰ ਦਿੰਦੇ ਨੇ। ਹੁਣ ਸਾਰੇ ਚੋਰੀ ਤਗੜੇ ਨਹੀਂ ਹੁੰਦੇ ਤੇ ਮਾੜੇ ਬੰਦੇ ਦਾ ਚੋਰੀ ਕੋਈ ਬੰਦਾ ਨਹੀਂ ਹੈਗਾ? ਜਿਹੜੇ ਸਾਰੇ ਚੋਰੀ ਤਗੜੇ ਨਹੀਂ ਹੁੰਦੇ, ਕੋਈ ਮਾੜੇ ਬੰਦੇ ਦਾ ਚੋਰੀ ਮਾੜਾ ਹੁੰਦਾ ਹੈ, ਉਹ ਅਗਰ ਮਾੜਾ ਚੋਰੀ ਜਾਂਦਾ ਹੈ ਤੇ ਉਹਨੂੰ ਸਭ ਤੋਂ ਪਹਿਲਾਂ ਉਹ ਕਹਿਣਾ ਕਿ ਮੁਨਸ਼ੀ ਨੂੰ ਮਿਲ ਲਓ। ਮੁਨਸ਼ੀ ਨੂੰ ਕਿਉਂ ਮਿਲੋ? ਮੁਨਸ਼ੀ ਨੂੰ ਮਿਲ ਲਓ ਕਿ ਜਦੋਂ ਮੁਨਸ਼ੀ ਉਹਨਾਂ ਦੀ ਮਾਂ ਜੋ ਹੋਈ, ਸਾਰੀ ਖਾਣਾ ਪਕਾਉਣਾ ਰੋਟੀ ਮਾਂ ਹੀ ਦਿੰਦੀ ਸਾਰਿਆਂ ਨੂੰ। ਨਹੀਂ ਤਾਂ ਪੈਸੇ ਲੈਂਦਾ ਮੁਨਸ਼ੀ? ਮੁਨਸ਼ੀ ਪੈਸੇ ਤਾਂ ਘੱਟ ਕਿਹੜਾ ਕਰਦੇ ਨੇ, ਮੁਕਾਉਂਦੇ ਨੇ ਪੈਸੇ? ਪੈਸੇ ਮੁਕਾਉਂਦੇ ਨੇ, ਕਦੇ ਤਜਰਬਾ ਹੋਇਆ ਜਾਂਦਾ? ਔਰ ਫਿਰ ਇਹ ਦੇਖੋ ਵੀ ਸਾਡੇ ਪਿੰਡ ਦੇ ਵਿੱਚ ਚੌਕੀ ਹੈ, ਔਰ ਪਿੰਡ ਦੇ ਵਿੱਚ ਇਹਨਾਂ ਨੂੰ ਹਰ ਘਰ ਦਾ ਹੀ ਪਤਾ ਕਿ ਜੱਟਾਂ ਦਾ ਮਹੱਲਾ ਕਿੱਥੇ ਆ, ਮੇਵਾਂ ਦਾ ਮਹੱਲਾ ਕਿੱਥੇ ਆ, ਅਤੇ ਮਰਾਸੀਆਂ ਦਾ ਮਹੱਲਾ ਕਿੱਥੇ ਆ, ਲੇਕਿਨ ਫਿਰ ਵੀ ਇਹਨਾਂ ਨੇ ਆਪਣੇ ਠੀਕੇ ਹੀ ਬਣਾਏ ਨੇ ਕਿ ਬੰਦਾ ਫੜਾ ਜਾਓ ਅਤੇ ਬੰਦਾ ਛੁਡਾ ਦੇ। ਹਜ਼ੂਰ ਆਪ ਕੀ ਕਹੇਂਗੇ? ਸਰ ਇਹ ਮੈਂ ਬਤਾਨੇ ਵਾਲਾ ਹੂੰ, ਪਿਛਲੇ ਸੀਜ਼ਨ ਕੀ ਬਾਤ ਹੈ, ਹਮਾਰੀ ਇਹ 7-8 ਦੁਕਾਨੋਂ ਕੀ ਵਾਰਦਾਤ ਹੋਈ ਹੈ, ਉਹ ਤਾਲੇ ਤੋੜ ਕੇ ਚੋਰ ਲੈ ਗਏ, ਉਹ ਅੰਦਰ ਸੇ ਬਕਾਇਦਾ ਰਿਕਾਰਡਿੰਗ ਵੀ ਹਮਾਰੇ ਪਾਸ ਨਾ, ਚੋਰੋਂ ਕੀ ਸ਼ਕਲ ਹੈ, ਪਰ ਉਨਕੋ ਜਬ ਬਤਾਇਆ, ਵੀਡੀਓ ਦੀ ਉਨਕੋ, ਤੋ ਵੋ ਕਹਤੇ ਹੈ 2-3 ਦਿਨ ਆਏ, ਖਰਚਾ ਖੁਰਚਾ ਲੇ ਕਰ ਗਏ ਕਿ ਗਾੜੀਓਂ ਕਾ ਤੇਲ ਦੋ, ਯੇ ਦੋ, ਵੋ ਦੋ, ਆਜ ਤੱਕ ਉਨ੍ਹੋਂਨੇ ਆਜ ਤੱਕ ਹਮੇ ਯੇ ਨਹੀਂ ਕਹਾ ਕਿ ਯੇ ਚੋਰ ਹੈ ਆਪਕੇ, ਤੋ ਉਨ ਚੋਰ ਕੋ ਤਹਫੁਜ਼ ਦੇ ਰਹੇ, ਹਮੇ ਵੋ ਤਹਫੁਜ਼ ਨਹੀਂ ਦੇ ਰਹੇ, ਯੇ ਹੈ ਆਜ। ਆਪਕੋ ਕਿਆ ਆਦਮ ਤਹਫੁਜ਼ ਕਾ ਅਹਿਸਾਸ ਹੋਤਾ ਹੈ, ਮਤਲਬ ਵੋ ਆਤੇ ਹੈ, ਪੈਸੇ ਲੈ ਜਾਤੇ ਹੈ? ਹਾਂ, ਪੈਸੇ ਲੈ ਜਾਤੇ ਹੈ। ਆਪ ਕਿਆ ਕਰਤੇ ਹੈ? ਸਰ ਮੇਰੀ ਸ਼ੋਪ ਹੈ ਅੱਗੇ, ਹਮਾਰੀ ਸ਼ੋਪ ਵੀ ਟੁੱਟੀ ਹੈ ਨਾ, ਉਹ 7-8 ਦੁਕਾਨੇ ਯਹਾਂ ਪਰ। ਯਾਨੀ ਡਕੈਤੀ ਹੋਈ, ਫੋਟੇਜ ਮਿਲ ਗਈ, ਔਰ ਉਸਕੇ ਬਾਅਦ ਆਪ ਲੈ ਕੇ ਗਏ ਤੋ ਕੋਈ ਰਿਸਪੌਂਸ? ਕੋਈ ਨਹੀਂ, ਉਨਕੋ ਵੋ ਬਕਾਇਦਾ ਵੀਡੀਓ ਵੀ ਦੀਏ ਕਿ ਯੇ ਬਕਾਇਦਾ ਉਸਮੇ ਚੋਰ ਕੀ ਵਾਜ਼ੇ ਸ਼ਕਲ ਆ ਰਹੀ ਹੈ, ਪਰ ਉਹਨਾਂ ਨੇ ਕੋਈ ਵੀ ਨਹੀਂ ਵੋ ਦਿਆ ਰਿਸਪੌਂਸ ਹਮੇ ਨਾ। ਐਪਲੀਕੇਸ਼ਨ ਦੀ ਕੌਣ ਥਾ ਵਾਂ ਪੇ? ਵੋ ਦੋ ਤਿੰਨ ਕਰਦੇ ਹਾਂ ਪਹਿਲੇ ਵਾਲੇ, ਯਾਨੀ ਇਹ ਸਭ ਦਾ ਰੂਟੀਨ ਹੀ ਹੈ, ਜੋ ਜੀ ਬਕਾ ਆਏਗਾ ਵੋ ਐਸੇ ਹੀ ਹੋਗਾ? ਹਾਂ ਬਿਲਕੁਲ ਐਸੇ ਹੀ ਵੋ ਕਰਤੇ ਹੈ। ਯਹਾਂ ਪੇ ਜੀਆ ਬੱਗਾ ਕੇ ਲੋਕ ਜੋ ਹੈ ਵੋ ਉਹਨਾਂ ਨੇ ਗੁਫ਼ਤਗੂ ਕੀ ਹੈ ਕਿ ਇਸ ਪੂਰੇ ਬਾਜ਼ਾਰ ਮੇਂ ਜਿਸ ਜਗ੍ਹਾ ਵੀ ਆਪ ਚਲੇ ਜਾਏ, ਯਹਾਂ ਪੇ ਜਿਤਨੀ ਵੀ ਦੁਕਾਨੇ ਹੈ, ਜਿਤਨੀ ਵੀ ਸ਼ੋਪਸ ਹੈ,
वो सब लोग अगर यहाँ पे सर्वाइव करना चाहेंगे, अपनी रोजी रोटी कमाना चाहेंगे, तो यहाँ पे भाई पुलिस को आपने देना ही देना है, आपने पुलिस को पैसे देने ही देने हैं, और आपने महाना अखराजात में से पुलिस का खर्चा अलग करके रख लेना है, 3 से 5 हज़ार रुपये, 3.5-4 बार्गेनिंग होगी और उसके बाद उनको पैसे दिए जाएंगे। ये इन लोगों के इल्जाम हैं, तहकीकात होनी चाहिए। और वाकई ये तो आप वीडियो में देख चुके हैं कि किस तरीके से आता है पुलिस वाला और खड़ा होके बड़े आराम से, बड़े धड़ल्ले के साथ हूटर वाली गाड़ी पे, पुलिस की वैन पे आता है और वहां से पैसे लेके जाता है। इसका मतलब है वहां पे बैठा हुआ ड्राइवर गाड़ी का और इसके साथ साथ जो चौकी इंचार्ज है मुजर अमजद साहब, उन सबके नोटिस में है। लेकिन अगर नोटिस में नहीं है तो हुक्कामे बाला के नहीं है, अगर नोटिस में नहीं है तो उन लोगों के नहीं है जो पुलिस रिफॉर्म्स की बात करके अब हुकूमत में बैठे हुए हैं, अगर नोटिस में नहीं है तो वज़ीर आला पंजाब के नहीं है, अगर नोटिस में नहीं तो आईजी अमजद जावेद सलीमी साहब के नहीं है, सीसीपी लाहौर बी एन आसिफ साहब की नोटिस में नहीं है, ना ही एसपी सैयद अली हुसैन के नोटिस में। आखिर नोटिस में कब आएगा? इसके खिलाफ एक्शन होना चाहिए और ये जिम्मेदारी बनती है पुलिस की, ये जिम्मेदारी बनती है सीसीपी लाहौर की, ये जिम्मेदारी बनती है आईजी की कि कम अज कम इन लोगों को इंसाफ मिले जो कि डर की वजह से पुलिस के खिलाफ बात नहीं कर रहे, सिर्फ ये डर है कि जैसे ही हम यहाँ से जाएंगे तो उसके बाद यहाँ पर लोग आ जाएंगे, पुलिस के पुलिस अहलकार आके इनको तंग करेंगे और नाजायज पर्चे देंगे, जिस तरह से मोटरसाइकिलों को रोकते हैं, जिस तरह से दुकानों पर आके वसूलियाँ करते हैं, ये पुलिस का काम नहीं है। पुलिस का काम अमन अमान को बहाल रखना है, इन लोगों को तहफ़ का एहसास दिलाना है, और ये एहसास आपने दिलाना है आई जी साहब, ये एहसास दिलाना है सी सी पी ओ साहब लाहौर ने, और ये एहसास दिलाना है एस पी सदर अली हुसैन साहब ने। चार्ज का मौकफ क्या है और चौकी के जो सरकर्दा है वो क्या कहते हैं इस बारे में, उनसे जानते हैं। सरफराज साहब कैसे हैं? मैं ठीक हूं, लेकिन पूछते लोगों आपसे बात करो सर, यहाँ पे लोगों को शिकायत है कि उनसे भत्ताखोरी की जाती है, इल्जाम है ये किसके? नहीं नहीं, भत्ताखोरी मतलब ये बाजार वाले, हमारे पास तो कोई शिकायत ऐसी नहीं है। वो कहते हैं कि सरफराज साहब जाके लेके आते किसको? एक वीडियो भी है ये नाजरीन देख रहे हैं जिसमें आप गए हैं और सेंट्री स्टोर से लेके आए, इल्जाम है गलत इल्जाम है, क्यों लगा रहे हैं ये इल्जाम? पता नहीं क्यों लगा। प्रॉपर चेकिंग शेकिंग भी कर रहे हैं आप लोग? नाके शाके भी लगा रहे हैं? तो नाके पे जो मोटरसाइकिल पकड़ी जाती है वो उसको पैसे लेके छोड़ देते हैं? किसने छोड़ा पैसे? सारे शिकायत गलत कर रहे हैं हमने। ये वीडियो आपकी जो जो अपने नाके वगैरह लगाते हैं ना, पिकरे लगाते हैं, ये अपने अफसरान बाला के हुक्म से लगाते हैं और बंद करते हैं। अफसरान बाला पैसे लेने का तो नहीं कहते आप? नहीं, हमने किससे पैसे लिए? वीडियो चल रही है अभी, गलत नहीं आप हैं गाड़ी पे गए हैं हूटर वाली? मैं दफ्तर एसपी साहब से आ रहा हूँ। नहीं अभी नहीं, रात को आप गए हैं सेंट्री स्टोर? नहीं मैं नहीं गया। ये कौन है फिर? पता नहीं कौन गया है, देख लें अगर कोई है तो। नहीं मेरे पास मतलब आप नहीं, नहीं। तो ये वीडियो में तो आप गलत तस्वीर लगाई हो, गलत लगाई हो, नहीं पता कि लग नहीं, नहीं वीडियो पे आप पुलिस की गाड़ी में गए हैं, पुलिस का काम तो तहफ़ करना है ना वहाँ, तो आप कैसा तहफ़ कर रहे हैं सर? आप 3,000 रुपये, 5,000 रुपये, 4,000 रुपये, 15,000 रुपये पर्चे का ये रेट रखे हैं आप? किसका पर्चा है, किसने काटा है? पर्चा काटा है और चौकी इंचार्ज ने काटा है, मैं तो काटा भी नहीं है। चौकी इंचार्ज अबू जर अमजद साहब? अमजद साहब। तो उनके नोटिस में है कि आप लोग जाते हैं? किस पर जाते हैं मतलब पैसे से? मैं गया ही नहीं, कैसी बातें कर रहे हैं? चलिए ये इनका मौकफ है सरफराज साहब का कि ये हरगिज नहीं गए और उन्होंने कोई वीडियो एडिटिंग की होगी या वो महज इल्जाम है। तो लेकिन जो वीडियो है नाज़रीन वो आप देख रहे हैं कि जो चल रही है, ला ली उन्होंने की पता जिन्हें? नहीं आपने पैसे लिए पहले? नहीं नहीं, वो जेब में डाले हैं उसके बाद फिर 500 रुपये। और ये सिर्फ इल्जाम है सरफराज साहब का कहना है जो कि उनकी जानिब से लगाए गए हैं। नाजरीन सरफराज साहब हमें मिल गए और सरफराज साहब ने इस वीडियो को झूठा करार दिया। हमें भी मालूम है कि वीडियो झूठ नहीं है और आपको भी मालूम है, लेकिन सवाल ये पैदा होता है कि सरफराज जो कि रिस्पॉन्सिबल एएसआई है क्यों आखिर इस तरह की हरकत कर रहा है? और ये जो चौकी है, ये चौकी यहाँ पर जिया बग्गा की आवाम के तहफ्फुज के लिए बनाई गई है और आवाम को रिलीफ देने के लिए बनाई गई है, ना कि तकलीफ देने के लिए। एक पुलिस वाला झूठ बोल रहा है और उसके बाद ये बात भी की जा रही है कि ये वो नहीं है, हालांकि वीडियो आप देखें कि वीडियो में वाजे तौर पर सरफराज साहब ही हैं और सरफराज का ही नाम लिया गया है।
अबू जर मौजम साहब यहाँ पर मौजूद नहीं है, वो आज छुट्टी पे हैं, तो उनसे बात नहीं हो सकी क्योंकि चौकी इंचार्ज वो हैं। लेकिन हलियाना इलाका का कहना है कि चौकी इंचार्ज जो हैं वो उनको इल्म है, और अगर नहीं इल्म तो फिर उनका यहाँ पर रहने का कोई हक नहीं है कि उनकी सरकर्दगी में उनकी छतर छाया तले इस किस्म का काम हो रहा है कि यहाँ की जिया बग्गा की आवाम से ताजरों से पैसे वसूल किए जा रहे हैं, दुकानदारों को तंग किया जा रहा है। इनको इंसाफ कब मिलेगा? और ऐसे लोगों को तहकीकात करके करार वाकई सजा देनी चाहिए ताकि पुलिस जो है वो हकीकी मानों में आवाम की खिदमत के लिए जो है वो सरकर्दा रहे और आवाम की खिदमत करे। जुर्म अंजाम की पूरी टीम के साथ अपने मेजबान तारिक हफीज को इजाजत दीजिए, अल्लाह ने की बात।